ਦੋਸਤੋ ਹਰ ਖੇਤਰ ਦੇ ਆਪੋ ਆਪਣੇ ਸ਼ਹੀਦ ਹੁੰਦੇ ਹਨ। ਗੱਲ ਕਰਦੇ ਹਾਂ ਪੰਜਾਬੀ ਗਾਇਕੀ ਦੇ ਸ਼ਹੀਦ ਅਮਰ ਸਿੰਘ ਚਮਕੀਲੇ ਦੇ ਜੀਵਨ ਉੱਪਰ ਆਧਾਰਿਤ, ਜੋ ਕਿ ਬਲਰਾਜ ਸਿੰਘ ਸਿੱਧੂ ਦੀ ਸ਼ਹੀਦ ਕਿਤਾਬ ਵਿੱਚ 35 ਮੁਆਫੀ ਵਿੱਚ ਲਿਖਿਆ ਗਿਆ ਹੈ। 1987 ਨੂੰ ਮਾਹਲਪੁਰ ਅਮਰ ਸਿੰਘ ਸ਼ੌਂਕੀ ਦੀ ਬਰਸੀ ਦੇ ਮੇਲੇ 'ਤੇ ਚਮਕੀਲੇ ਨੂੰ ਸੱਦਾ ਪੱਤਰ ਆਇਆ ਹੋਇਆ ਸੀ। ਚਮਕੀਲੇ ਨੂੰ ਦੁਪਹਿਰ 1 ਵਜੇ ਮੇਲੇ ਵਿੱਚ ਇੱਕ ਗੀਤ ਗਾਉਣ ਲਈ ਸਮਾਂ ਮਿਲਿਆ ਸੀ। ਗੀਤ ਗਾ ਕੇ ਚਮਕੀਲੇ ਨੇ ਆਪਣੇ ਸਾਜੀਆਂ ਨਾਲ ਉੱਥੋਂ 1:30 ਵਜੇ ਨਿਕਲਣ ਦੀ ਕੀਤੀ ਸੀ। ਡਰਾਈਵਰ ਨੇ ਗੱਡੀ ਸਿੱਧੀ ਮੈਰਿਟ ਵੱਲ ਭਜਾ ਲਈ ਸੀ। ਮੈਰਿਟ ਫੌਜੀਆਂ ਦੀ ਛਾਉਣੀ ਵਿੱਚ ਪ੍ਰੋਗਰਾਮ ਸੀ। ਫੌਜ ਦਾ ਕਮਾਂਡਿੰਗ ਅਫਸਰ ਪਟਿਆਲੇ ਦਾ ਸਰਦਾਰ ਸੀ। ਉਸਨੇ 6800 ਰੁਪਏ ਵਿੱਚ ਪ੍ਰੋਗਰਾਮ ਬੁੱਕ ਕਰਨ ਵਾਲੇ ਵੇਲੇ ਸਖਤੀ ਨਾਲ ਕਿਹਾ ਸੀ, ਸਾਡੇ ਫੌਜ ਦੇ ਕੁਝ ਕਾਨੂੰਨ ਕਾਇਦੇ ਕਾਨੂੰਨ ਹੁੰਦੇ ਹਨ, ਤੁਸੀਂ 8 ਵਜੇ ਸ਼ਾਮ ਤੋਂ 10 ਵਜੇ ਤੱਕ ਪ੍ਰੋਗਰਾਮ ਲਾਉਣਾ ਹੈ ਅਤੇ ਫਿਰ ਉਸ ਤੋਂ ਬਾਅਦ ਖਾਣਾ ਪੀਣਾ ਹੋਵੇਗਾ। 8 ਵਜੇ ਪੂਰੇ ਤੁਹਾਡਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਚਾਹੀਦਾ ਹੈ। 1 ਮਿੰਟ ਦੀ ਦੇਰੀ ਵੀ ਨਹੀਂ ਹੋਣੀ ਚਾਹੀਦੀ। ਅਸੀਂ ਫੌਜੀ ਸਮੇਂ ਦੇ ਬੜੇ ਪਾਬੰਦ ਹੁੰਦੇ ਹਾਂ। ਡਰਾਈਵਰ ਦੇ ਪੂਰੀ ਗੱਡੀ ਭਜਾਉਣ ਦੇ ਬਾਵਜੂਦ ਵੀ ਚਮਕੀਲੇ ਦੀ ਪਾਰਟੀ ਮੈਰਿਟ 9:30 ਵਜੇ ਪਹੁੰਚੀ ਸੀ। 10 ਵਜਣ ਵਿੱਚ 15 ਮਿੰਟ ਰਹਿੰਦੇ ਸਨ ਜਦੋਂ ਚਮਕੀਲੇ ਨੇ ਸਟੇਜ 'ਤੇ ਜਾ ਕੇ ਧਾਰਮਿਕ ਗੀਤ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰੇ ਗਾਇਆ ਸੀ। ਗੀਤ ਖਤਮ ਹੋਏ ਤੋਂ ਕਮਾਂਡਿੰਗ ਅਫਸਰ ਨੇ ਸਾਜੀਆਂ ਸਣੇ ਚਮਕੀਲੇ ਨੂੰ ਖੜ੍ਹਾ ਕਰਕੇ ਝਿੜਕਦਿਆਂ ਕਿਹਾ ਸੀ, ਅਸੀਂ ਮੂੰਹ ਮੰਗੇ ਪੈਸੇ ਦਿੱਤੇ, ਤੁਸੀਂ ਲੇਟ ਆ ਕੇ ਸਾਡਾ ਮੂਡ ਖਰਾਬ ਕੀਤਾ ਹੈ, ਤੁਹਾਨੂੰ ਸਜ਼ਾ ਮਿਲੇਗੀ। ਚਮਕੀਲਾ ਹੱਥ ਜੋੜੀ ਖੜ੍ਹਾ ਸੀ, ਜਨਾਬ ਅਸੀਂ ਤੁਹਾਡੇ ਗੁਨਾਹਗਾਰ ਹਾਂ, ਸਾਡੇ ਤੋਂ ਗਲਤੀ ਹੋਈ ਹੈ, ਜੋ ਮਰਜ਼ੀ ਸਜ਼ਾ ਦੇ ਲਵੋ। ਅਫਸਰ ਨੇ ਆਪਣੇ ਜਵਾਨਾਂ ਨੂੰ ਪੁੱਛਿਆ ਸੀ, ਹਾਂ ਬਾਈ ਜਵਾਨੋ ਕੀ ਸਜ਼ਾ ਦਈਏ? ਸਾਰੇ ਫੌਜੀ ਇੱਕ ਸੁਰ ਵਿੱਚ ਬੋਲ ਪਏ ਸਨ, ਚਮਕੀਲੇ ਤੇਰੀ ਜਾਂਦੀ ਡੋਲੀ ਨੀ ਵੇਖ ਕੇ ਤਾ ਮੁੰਡੇ ਨੇ ਮਾਰੀ ਗਾਣਾ ਗਾ। ਚਮਕੀਲੇ ਨੇ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਸਾਰੇ ਫੌਜੀ ਝੂਮਣ ਲੱਗ ਪਏ ਸਨ। ਅਫਸਰ ਦਾ ਗੁੱਸਾ ਵੀ ਕਾਫੂਰ ਹੋ ਗਿਆ ਸੀ। ਅਫਸਰ ਨੇ ਆ ਕੇ ਚਮਕੀਲੇ ਨੂੰ ਕਿਹਾ ਸੀ, ਚਮਕੀਲੇ 2-4 ਗੀਤ ਹੋਰ ਸੁਣਾ ਦੇ, ਤੈਨੂੰ ਮਾਫ਼ ਕੀਤਾ। ਚਮਕੀਲੇ ਨੇ ਉਹਨਾਂ ਦੇ ਖਾਣਾ ਖਾਂਦਿਆਂ 2-4 ਗੀਤ ਹੋਰ ਸੁਣਾ ਦਿੱਤੇ ਸਨ। ਪ੍ਰੋਗਰਾਮ ਤੋਂ ਮਗਰੋਂ ਕਮਾਂਡਿੰਗ ਅਫਸਰ ਨੇ ਕਾਰ ਦੀ ਟੈਂਕੀ ਭਰਾ ਕੇ ਚਮਕੀਲੇ ਨੂੰ 1 ਪੇਟੀ ਰੰਮ ਦੀ ਦੇ ਕੇ ਤੋਰਿਆ ਸੀ। ਇਹ ਕਹਿਣਾ ਬਲਰਾਜ ਸਿੰਘ ਸਿੱਧੂ ਦੀ ਸ਼ਹੀਦ ਕਿਤਾਬ ਵਿੱਚ 35 ਮੁਆਫੀ ਵਿੱਚ ਲਿਖਿਆ ਗਿਆ ਹੈ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਨਲਾਈਨ ਨੂੰ ਦੇਣਾ ਧੰਨਵਾਦ ਦੋਸਤੋ।